ਪੈਰੋ ਤਰਲ ਪਦਾਰਥ ਤੋਂ ਚੁੰਬਕੀ ਫੁੱਲ ਬਣਾਇਆ ਜਾ ਸਕਦਾ ਹੈ। ਪੈਰੋ ਤਰਲ ਪਦਾਰਥ ਆਮ ਤੌਰ ਤੇ ਸਪੀਕਰ ਅਤੇ ਬਿਜਲੀ ਦੀ ਸਟੋਰ ਵਿੱਚੋਂ ਵਰਤੇ ਜਾਂਦੇ ਹਨ। ਇਹਨਾਂ ਨੂੰ ਅਲੱਗ ਅਲੱਗ ਵੈਬਸਾਈਟਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ। ਸਟੀਲ ਦੀ ਇੱਕ ਕਿੱਲ ਲੈ ਕੇ ਨਿਊ ਡਾਇਮੀਅਮ ਦੇ ਚੁੰਬਕ ਨਾਲ ਜੋੜੋ। ਇਹਨਾਂ ਚੁੰਬਕਾਂ ਨੂੰ ਬਿਜਲੀ ਦੇ ਸਮਾਨ ਵਾਲੀ ਦੁਕਾਨ ਤੋਂ ਲਿਆ ਜਾ ਸਕਦਾ ਹੈ। ਚੁੰਬਕ ਦੇ ਪੇਜ ਨੂੰ ਸਿੱਧਾ ਰੱਖੋ ਅਤੇ ਉਸ ਤੇ ਫੈਰੋ ਪਦਾਰਥ ਪਾਓ। ਤੁਸੀਂ ਵੇਖੋਗੇ ਕਿ ਫੈਰੋ ਤਰਲ ਪਦਾਰਥ ਚੁੰਬਕ ਵੱਲ ਆਕਰਸ਼ਿਤ ਹੋ ਜਾਂਦਾ ਹੈ। ਇਹ ਚੁੰਬਕ ਦੋ ਕਿਨਾਰਿਆਂ ਤੇ ਸਪਾਈਕਸ ਦੇ ਰੂਪ ਵਿੱਚ ਜਮ੍ਹਾਂ ਹੋ ਜਾਵੇਗਾ। ਫੈਰੋ ਤਰਲ ਪਦਾਰਥ ਆਇਰਨ ਆਕਸਾਈਡ ਦੇ ਛੋਟੇ ਛੋਟੇ ਕਣਾਂ ਤੋਂ ਬਣਾਇਆ ਜਾਂਦਾ ਹੈ। ਇਹ ਇੰਨੇ ਛੋਟੇ ਹੁੰਦੇ ਹਨ ਕਿ ਚੁੰਬਕ ਦੇ ਦੋਵੇਂ ਕਿਨਾਰਿਆਂ ਤੇ ਸਪਾਈਕ ਬਣਾ ਦਿੰਦੇ ਹਨ ਅਤੇ ਚੱਕਰ ਦਾ ਰਸਤਾ ਬਣ ਜਾਂਦਾ ਹੈ ਜੋ ਫੁੱਲ ਵਾਂਗ ਦਿਖਾਈ ਦਿੰਦਾ ਹੈ। ਜਦੋਂ ਅਸੀਂ ਪੇਜ ਨੂੰ ਘੁਮਾਵਾਂਗੇ ਤਾਂ ਇਹ ਸਪਾਈਕਸ ਵੀ ਪੇਜ ਦੇ ਨਾਲ ਨਾਲ ਘੁੰਮਣਗੇ। ਇਹ ਤਰਲ ਪਦਾਰਥ 3D ਰੂਪ ਵਿੱਚ ਚੁੰਬਕੀ ਬਲ ਦੇ ਵਾਂਗ ਹੋਵੇਗਾ।